ਸ਼ਬਦ ਜਿਹੜਾ ਹੈ ਇਹਦੇ ਕਈ ਅਰਥ ਨੇ, ਪਰ ਜੇ ਅਸੀਂ ਥੋੜੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤੇ ਸ਼ਬਦ ਦਾ ਭਾਵ ਹੈ ਉਹ ਤੱਤ, ਉਹ ਅਸਲੀਅਤ ਜਿਹੜੀ ਸਾਨੂੰ ਰੱਬ ਦੇ ਨਾਲ ਜੋੜ ਦੇਵੇ। ਥੋੜੇ ਜਿਹੇ ਸ਼ਬਦਾਂ ਵਿੱਚ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਵੀ ਉਹ ਅਸਲੀਅਤ, ਉਹ ਤੱਤ ਜਿਹੜੀ ਸਾਨੂੰ ਨਿਰੰਕਾਰ ਦੇ ਨਾਲ ਜੋੜ ਦੇਵੇ। ਹੁਣ ਜਦੋਂ ਅਸੀਂ ਬਾਣੀ ਪੜ੍ਹਾਂਗੇ ਤੇ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਇੱਕ ਨਹੀਂ ਅਨੇਕਾਂ ਬਚਨ ਉਚਾਰਨ ਕੀਤੇ ਔਰ ਕਿਹਾ ਸਿੱਖੋ ਤੁਹਾਡਾ ਗੁਰੂ ਕੌਣ ਹੈ? ਸ਼ਬਦ ਹੈ। ਚਲੋ ਜੀ ਠੀਕ ਹੈ, ਤੇ ਹੁਣ ਸ਼ਬਦ ਗੁਰੂ ਹੋ ਗਿਆ ਤੇ ਇਹਦਾ ਸਿੱਖ ਕੌਣ ਬਣੇਗਾ? ਸ਼ਬਦ ਦਾ ਸ਼ਬਦ ਗੁਰੂ ਹੋ ਗਿਆ ਨਾ, ਤੇ ਸ਼ਬਦ ਗੁਰੂ ਦਾ ਸਿੱਖ ਕੌਣ ਬਣੇਗਾ? ਮੇਰੇ ਮਾਲਕ ਦੇ ਸੁਰ। ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕੀਤਾ ਤੇਰਾ ਗੁਰੂ ਕੌਣ ਹੈ, ਤੇਰਾ ਗੁਰੂ ਕੌਣ ਹੈ? ਕਈ ਵਾਰ ਸਾਨੂੰ ਵੀ ਸਕੂਲਾਂ ਵਿੱਚ ਨਾ ਸਾਡੇ ਪੜ੍ਹਾਉਣ ਵਾਲੇ ਸੁਭਾਵਿਕ ਸਵਾਲ ਪੁੱਛ ਲੈਂਦੇ ਵੀ ਸਿੱਖਾਂ ਦੇ ਬੱਚੇ ਕਿ ਸਿੱਖਾਂ ਦੇ ਕਰਵਾਉਂਦੇ ਆ ਇਹ ਗੁਰਦੁਆਰੇ ਵੀ ਜਾਂਦੇ ਹੋਣਗੇ, ਉਹ ਪੁੱਛਦੇ ਨੇ ਵੀ ਬੇਟਾ ਤੁਹਾਨੂੰ ਪਤਾ ਗੁਰੂ ਨਾਨਕ ਦਾ ਗੁਰੂ ਕੌਣ ਹੈ? ਹੱਸ ਗਏ ਹੋ। ਬੱਚਾ ਘਰ ਆਇਆ, ਆ ਕੇ ਕਹਿੰਦਾ ਦਾਦੀ ਮਾਂ ਅੱਜ ਸਕੂਲ 'ਚ ਮੈਨੂੰ ਟੀਚਰ ਨੇ ਪੁੱਛਿਆ ਸੀ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਆ? ਹੁਣ ਦਾਦੀ ਵੀ ਮੇਰੇ ਵਰਗੀ ਸੀ, ਉਹ ਕਹਿੰਦੀ ਸੰਤ ਰੇਮ। ਕੀ ਕਹਿੰਦੀ ਹੈ ਜੀ? ਸੰਤ ਰੇਮ। ਚਲੋ ਇੱਕ ਦਿਨ ਸਵਾਗ ਬਣਿਆ, ਦਾਦੀ ਪੁੱਤਰ ਗੁਰਦੁਆਰੇ ਆਏ ਤੇ ਦਾਦੀ ਨੇ ਗੱਲ ਛੇੜਦੀ ਭਾਈ ਸਾਹਿਬ ਗੱਲ ਪੁੱਛਣੀ ਹੈ। ਕਈ ਦਿਨਾਂ ਦਾ ਸੋਚਦੀ ਪਈ ਹੈ, ਕਈ ਦਿਨਾਂ ਦੇ ਵਿਚਾਰ ਕਰਦੇ ਵੀ ਪੁੱਛਿਆ ਜਾ ਕੇ ਮੇਸ਼ ਕਰਕੇ ਬੇਨਤੀ ਕੀਤੀ ਸੀ ਵੀ ਜਿਹਨੇ ਵੀ ਕੁਛ ਪੁੱਛਣਾ ਹੁੰਦਾ ਹੈ ਨਾ ਸ਼ਰਮਾਉਣ ਦੀ ਕੋਈ ਲੋੜ ਨਹੀਂ, ਸਮਾਪਤੀ ਤੋਂ ਬਾਅਦ ਜਦੋਂ ਮਰਜ਼ੀ ਪੁੱਛ ਸਕਦੇ ਪਰ ਜੇ ਤੁਸੀਂ ਕਰੋਗੇ ਸ਼ਰਮ ਫਿਰ ਤੁਹਾਡਾ ਜਿਹੜਾ ਸ਼ੰਕਾ ਹੈ ਉਹ ਤੁਹਾਡੇ ਨਾਲ ਹੀ ਘੁੰਮੇਗਾ। ਖਿਆਲ ਰੱਖਣਾ ਦੋਨੋਂ ਪੁਰਾਣੇ ਨੇ, ਕਿਹੜੇ ਪੁਰਾਣੇ? ਮੈਂ ਕਿਹਾ ਜੀ ਦੱਸੋ। ਕਹਿਣ ਲੱਗੀ ਵੀ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਨੇ? ਮੈਂ ਕਿਹਾ ਮਾਤਾ ਜੀ ਇਹ ਤੇ ਜੇ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਤੇ ਤੁਹਾਨੂੰ ਵਧੀਆ ਜਵਾਬ ਮਿਲੂਗਾ। ਹੁਣ ਤੁਸੀਂ ਜੇ ਮੈਨੂੰ ਪੁੱਛੋਗੇ ਵੀ ਤੇਰਾ ਗੁਰੂ ਕੌਣ ਆ ਤੇ ਮੈਂ ਦੱਸਾਂਗਾ ਵੀ ਮੇਰਾ ਗੁਰੂ ਆ ਬੇਟਾ। ਹੁਣ ਗੁਰੂ ਨਾਨਕ ਦਾ ਗੁਰੂ ਕੌਣ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਤੇ ਜ਼ਿਆਦਾ ਵਧੀਆ ਨਹੀਂ? ਹੋ ਸਕਦਾ ਮੈਂ ਝੂਠ ਬੋਲਦੇ ਹਾਂ, ਗੁਰੂ ਸਾਹਿਬ ਕੋਲ ਝੂਠ ਬੋਲਣਗੇ। ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ ਫਿਰ ਸਤਿਗੁਰੂ ਜੀ ਨੇ ਜਵਾਬ ਦਿੱਤਾ ਨਾਨਕ ਦਾ ਗੁਰੂ ਕੌਣ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਨਾਨਕ ਦਾ ਗੁਰੂ ਕੌਣ ਹੈ? ਪਰਮੇਸ਼ਰ ਹੈ ਜਿਹਨੂੰ ਮੇਰੇ ਮਾਲਕ ਨੇ ਕਿਹਾ ਅਪਰੰਪਰ, ਜਿਹਦਾ ਉਰਲਾ ਪੁਰਲਾ ਬਣਨਾ ਹੀ ਹੋਈ ਜੀ। ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਉਹ ਕਹਿਣ ਲੱਗੀ ਕੀ? ਮੈਂ ਕਿਹਾ ਵੀ ਗੁਰੂ ਸਾਹਿਬ ਇਹੀ ਕਰਦੇ ਵੀ ਮੇਰਾ ਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ ਤੇ ਮੈਂ ਕਿਹਾ ਮਾਤਾ ਇਹਦੇ ਵਿੱਚ ਹੈਰਾਨੀ ਹੋਣ ਵਾਲੀ ਕਿਹੜੀ ਗੱਲ ਹੈ? ਕਹਿਣ ਲੱਗੀ ਜੀ ਮੇਰੇ ਤੋਂ ਗਲਤੀ ਹੋ ਗਈ। ਗਲਤੀ ਕੀ ਹੋ ਗਈ? ਮੈਂ ਆਪਣੇ ਪੁੱਤ ਨੂੰ ਗਲਤ ਦੱਸ ਬੈਠੀ। ਮੈਂ ਇਸੇ ਬਾਰੇ ਇਸੇ ਕਰਕੇ ਅਕਸਰ ਬੇਨਤੀ ਕਰਦਾ ਜਿਹੜੀ ਅੱਧੀ ਅਧੂਰੀ ਜਾਣਕਾਰੀ ਹੈ ਨਾ ਜੀ ਉਹ ਸਾਡਾ ਵੀ ਨੁਕਸਾਨ ਕਰਦੀ ਹੈ, ਅਗਲੇ ਦਾ ਵੀ ਨੁਕਸਾਨ ਕਰਦੀ ਹੈ।